ਹਲੋ ਦੋਸਤੋ ਇਹ ਹੈ ਮੇਰਾ ਵੀਡੀਓ ਇਸ ਹੈ ਹੈਲਪਡੈਸ ਦੋਸਤੋ ਅਧੇ ਚੈਪਟਰ ਦੇ ਵਿੱਚ ਆਪਾਂ ਗੱਲ ਕਰਾਂਗੇ ਸਰਕਾਰੀ ਸੁਵਿਧਾਵਾਂ ਵਾਲੇ ਫਾਰਮਾਂ ਦੀ ਦੋਸਤੋ ਜੇਕਰ ਤੁਸੀਂ ਕੋਈ ਸਰਕਾਰੀ ਸੁਵਿਧਾ ਦੇ ਫਾਰਮ ਭਰੇ ਸੀ ਜਿਵੇਂ 2018 ਦੇ ਵਿੱਚ 2019 ਦੇ ਵਿੱਚ ਜਾਂ ਫਿਰ 2020 ਦੇ ਵਿੱਚ ਤੇ ਦੋਸਤੋ ਉਹ ਤੁਸੀਂ ਜੇਕਰ ਕਿਸੇ ਸੁਵਿਧਾ ਦਾ ਲਾਭ ਨਹੀਂ ਲੈ ਸਕੇ ਜਿਵੇਂ ਸਭ ਤੋਂ ਪਹਿਲੀ ਜੋ ਸਰਵਿਸ ਹੈ ਬੁਢਾਪਾ ਪੈਨਸ਼ਨ ਦੋਸਤੋ ਦੇਖੋ ਪਿਛਲੀ ਜਿਹੜੇ ਜਿਹੜੇ ਮਤਲਬ ਕੀ ਪਿਛਲੇ 2 ਸਾਲ ਨੇ ਜਿਵੇਂ 2018 ਦੇ ਵਿੱਚ ਜਾਂ ਫਿਰ 2019 ਦੇ ਵਿੱਚ ਜਿਨ੍ਹਾਂ ਨੇ ਫਾਰਮ ਭਰੇ ਸੀ ਦੋਸਤੋ ਉਹ ਉਹਨਾਂ ਨੂੰ ਇੱਕ ਵਾਰ ਵੀ ਬੁਢਾਪਾ ਪੈਨਸ਼ਨ ਨਹੀਂ ਆਈ ਜਿਨ੍ਹਾਂ ਦੀ ਪੈਨਸ਼ਨ اٹਕੀ ਹੋਈ ਸੀ ਤਾਂ ਦੋਸਤੋ ਉਹ ਜੂਨ 2020 ਤੋਂ ਸ਼ੁਰੂ ਹੋ ਚੁੱਕੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਹੋਣੀ ਸ਼ੁਰੂ ਹੋ ਚੁੱਕੀ ਹੈ ਉਹ ਆਪਣੇ ਖਾਤੇ ਚੈੱਕ ਕਰਵਾ ਸਕਦੇ ਨੇ ਤੇ ਦੋਸਤੋ ਜਿਹੜੇ ਕੈਂਡੀਡੇਟ ਇਹਦੇ ਲਈ ਐਲੀਜੀਬਲ ਹੁੰਦੇ ਨੇ ਉਹ ਇਹਨਾਂ ਦੇ ਲਈ ਕੀ ਰੂਲ ਹੁੰਦੇ ਨੇ ਹੁਣ ਮੈਂ ਤੁਹਾਨੂੰ ਉਹ ਵੀ ਦੱਸਦਾ ਜੋਤੇ ਜੇਕਰ ਕੋਈ ਮਹਿਲਾ 58 ਸਾਲ ਦੀ ਹੈ ਜਾਂ ਫਿਰ 58 ਸਾਲ ਤੋਂ ਵੱਧ ਹੈ ਤਾਂ ਉਹ ਆਪਣੀ ਬੁਢਾਪਾ ਪੈਨਸ਼ਨ ਲਗਵਾ ਸਕਦੀ ਹੈ ਤੇ ਜੇਕਰ ਕੋਈ ਪੂਰੇ 65 ਸਾਲ ਆ ਜਾਂ ਫਿਰ 65 ਸਾਲ ਤੋਂ ਵੱਧਦਾ ਉਹ ਵੀ ਆਪਣੀ ਬੜਾਪਾ ਪੈਨਸ਼ਨ ਲਗਵਾ ਸਕਦਾ ਹੈ ਤੇ ਦੋਸਤੋ ਇਸ ਦੀ ਜੋ ਸਲਾਨਾ ਆਮਦਨ ਹੋਣੀ ਚਾਹੀਦੀ ਹੈ ਮਤਲਬ ਕਿ ਚਾਹੇ ਕੋਈ ਮਹਿਲਾ ਚਾਹੇ ਕੋਈ ਪੁਰਸ਼ ਹੈ ਕੋਈ ਵੀ ਹੈ ਦੋਸਤੋ ਉਹਦੀ ਸਲਾਨਾ ਆਮਦਨ 60000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦੋਂ 60000 ਰੁਪਏ ਤੋਂ ਘੱਟ ਹੋਵੇ ਜਾਂ ਫਿਰ 60000 ਹੋਵੇ ਤਾਂ ਉਹ ਇਹ ਸੁਵਿਧਾ ਦਾ ਲਾਭ ਲੈ ਸਕਦੇ ਨੇ ਅਦਰਵਾਈਜ਼ ਉਹਨਾਂ ਨੂੰ ਇਹ ਸੁਵਿਧਾ ਨਹੀਂ ਮਿਲੇਗੀ ਤੇ ਇਸ ਦੇ ਵਿੱਚ ਦੋਸਤੋ ਜਿਹੜੇ ਪੰਜਾਬ ਸਰਕਾਰ ਦੇ ਰੂਲ ਨੇ ਹਜੇ ਤੱਕ ਉਸ ਦੇ ਵਿੱਚ ਇਹਨਾਂ ਨੂੰ 750 ਪਰ ਮੰਥ ਮਤਲਬ ਕਿ ਇੱਕ ਮਹੀਨੇ ਦਾ 750 ਰੁਪਏ ਮਿਲਦਾ ਹੈ ਤੇ ਦੋਸਤੋ ਇਹ ਇਹਨਾਂ ਦੇ ਸਰਕਾਰੀ ਰੂਲ ਨੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਸਰਕਾਰੀ ਸੁਵਿਧਾਵਾਂ ਜਾਂ ਫਿਰ ਕੋਈ ਸਰਕਾਰੀ ਜੌਬ ਜਾਂ ਫਿਰ ਪ੍ਰਾਈਵੇਟ ਜੌਬ ਜਾਂ ਫਿਰ ਕੋਈ ਵੀ ਸਰਕਾਰੀ ਰਿਜ਼ਲਟ ਵਗੈਰਾ ਦੀ ਦੋਸਤੋ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇਤੇ ਬੈਲ ਦੇ ਆਈਕਨ ਨੂੰ ਵੀ ਐਕਟੀਵੇਟ ਕਰ ਲੈਣਾ ਤਾਂ ਦੋਸਤੋ ਇਹ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਸੀ ਬਾਅਦ ਵਿੱਚ ਆਪਾਂ ਮਿਲਦੇ ਹਾਂ ਬਹੁਤ ਹੀ ਜਲਦ ਤਦ ਤੱਕ ਦੇ ਲਈ ਗੁੱਡ ਬਾਏ